ਉਪਾਏ ਬੈਲੀ ਬਹੁਤ ਆ ਰਹੇ ਨੇ ਮੈਂ ਤੇ ਇਸ ਵਾਰੀ ਨਹੀਂ ਉਤਾਰਨਾ ਇਥੇ ਤੇ ਮਸੀਤਾਂ ਚ ਵੀ ਐਲਾਨ ਕਰਾਤਾ ਤੈਨੂੰ ਪਤਾ ਲੱਗਾ ਗੁਜਰਾਣਾ ਜਿਹੜਾ ਮੇਰੇ ਬੂਹੇ ਤੇ ਆਇਆ ਨਾ ਮੀਟਰ ਮੂਟਰ ਕਵੇ ਕਿ ਮੈਂ ਤਾਰ ਲਾ ਦਵਾ ਹਾਂ ਉਹਦਾ ਮੈਂ ਹਸ਼ਰ ਵੇ ਕੀ ਕੀ ਕਰਨੀ ਉਹ ਯਾਰ ਗੱਲ ਪਤਾ ਕੀ ਐ ਇਸ ਦਫਾ ਪੇਚ ਟੈਕਸ ਟੁਕਸ ਪਤਾ ਨਹੀਂ ਕਹਿੰਦੇ ਬਹੁਤੇ ਪਾਤ ਤੇ ਸਾਡੇ ਟੈਕਸ ਸਾਨੂੰ ਕੱਲ ਹੀ ਪਾਉਣੇ ਆ ਉਹਨਾਂ ਨੂੰ ਪਾਉਣ ਜਿਹੜੇ ਮਿੱਲਾਂ ਦੇ ਮਾਲਕ ਆ ਆਹ ਵੀ ਆਈ ਤੇ ਮਜ਼ਦੂਰ ਤਮਗਾ ਲੋਗ ਬੰਦੇ ਆ ਇੱਕ ਮੇਰਾ ਪੱਖਾ ਚੱਲਦਾ ਇੱਕ ਮੇਰੀ ਲਾਈਟ ਚੱਲਦੀ ਆ ਆਹ ਤੇ ਕਿਸੇ ਵੇਲੇ ਆ ਵੀ ਚਲੋ ਪੰਪ ਵੀ ਲੱਗਾ ਤੇਰੇ ਹਲ ਤੇ ਓਏ ਆਹੋ ਤੇ ਉਹ ਕਿਸੇ ਟਾਈਮ ਆ ਨਾ 37000 ਰੁਪਿਆ ਬਿੱਲ ਆ ਗਿਆ ਯਾਰ ਓ ਭਾਈ ਹੈਲੋ ਸੋਨਿਆ ਇੱਧਰ ਹੋ ਜਾ ਬਸ ਕਰ ਦੇ ਇਹਨੂੰ ਨਾ ਚੈੱਕ ਕਰ ਇਹਨੂੰ ਕਿਤੇ ਬੁਖਾਰ ਨਹੀਂ ਚੜਿਆ ਕਿਤੇ ਇਹਦਾ ਬੀਪੀ ਆਈ ਨਹੀਂ ਹੋਇਆ ਇੱਧਰ ਹੋ ਜਾ ਓ ਤੈਨੂੰ ਕਹਿਣ ਡਿਆ ਭਾਈ ਓਏ ਫੋਨ ਕਰਨ ਡਿਆ ਹੈਲੋ 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 ਕੀ ਮਤਲਬ ਹੈ ਤੈਨੂੰ ਗੱਲ ਦੀ ਸਮਝ ਨਹੀਂ ਲੱਗੀ ਨਾ ਤੈਨੂੰ ਕਹਿਣ ਡੇ ਨਹੀਂ ਚੈੱਕ ਕਰਨੇ ਚੈੱਕ ਕੌਣ ਕਰਨ ਡਿਆ ਕੀ ਕੀ ਕਰਨ ਡਿਆ ਤੂੰ ਮੈਂ ਰੀਡਿੰਗ ਕਰਨ ਡਿਆ ਕਿਹੜੀ ਰੀਡਿੰਗ ਕਰਨ ਡਿਆ ਤੂੰ ਇਹਦੀ ਤੈਨੂੰ ਤੂੰ ਅੱਗੇ ਕੋਈ ਫੇਸਬੁੱਕ ਨਹੀਂ ਚਲਾਉਣਾ ਕਿਹੜੀ ਆ ਰੀਡਿੰਗ ਰੂਟਿੰਗ ਨਹੀਂ ਕਰਨੀ ਇਥੇ ਉਹ ਗੱਲ ਸੁਣ ਲੈ ਮੈਂ ਇੱਕ ਆਪਣੇ ਘਰ ਜਾ ਕੇ ਕਰੋ ਰੀਡਿੰਗ ਰੂਟਿੰਗ ਆਹ ਕਿਹੜੀ ਰੀਡਿੰਗ ਕਰਕੇ ਤੂੰ ਤਾਂ ਚਲਾ ਜਾਂਦਾ ਮੋੜ ਕੇ ਸਾਡੇ ਘਰ ਹੀ ਬੰਬ ਸੁੱਟ ਕੇ ਜਾਂਦੇ ਅਗਲੇ ਨਾਲੇ ਰੀਡਿੰਗ ਹੁੰਦੀ 15 ਤਰੀਕ ਨੂੰ ਤੂੰ 24 ਤਰੀਕ ਨੂੰ ਕੀ ਲੈਣਾ ਆ ਆਹ ਜਿਹੜਾ ਤੇਰਾ ਟਾਈਮ ਅੱਜ ਕਿੰਨੀ ਤਰੀਕ ਹੈ ਤੇ ਤੂੰ ਰੀਡਿੰਗ ਨੂੰ ਅੱਜ ਕਿੱਧਰ ਆਇਆ ਇਹ ਤੁਹਾਡੇ ਘਰ ਕੋਈ ਮਤਲਬ ਕਿ ਫੌਤਗੀ ਹੋਈ ਜਨਾਜ਼ੇ ਦਾ ਟਾਈਮ ਸੀਗਾ ਕਿ ਮੈਨੂੰ ਟਾਈਮ ਨਾ ਲਾਉਣਾ ਚਾਹੀਦਾ ਕੀ ਮਤਲਬ ਤੂੰ ਕੋ ਆਪਣੀ ਕੋਈ ਬਕਵਾਸ ਸਹੀ ਕਰ ਤਨ ਮੈਂ ਦੱਸਾਂ ਮੈਂ ਤੁਹਾਡੇ ਕਹਣੇ ਤੇ ਟਾਈਮ ਨਾ ਲਾਉਣਾ ਹੈ ਨਹੀਂ ਸਾਡੇ ਕਹਣੇ ਤੇ ਨਾ ਹ ਕੀ ਕਰਨੀ ਹੈ ਤੂੰ 24 ਨੂੰ ਕੀ ਲੈਣ ਆਉਂਦਾ ਤੂੰ ਕੀ ਕਰਨਾ ਹੈ ਮਲਾਜ਼ਮ ਹਕੂਮਤ ਦਾ ਜਿਹੜਾ ਮਲਾਜ਼ਮਾ ਤੂੰ ਜਿਹੜਾ ਚਲਾ ਗਿਆ ਨਾ ਉਹ ਚਲਾ ਗਿਆ ਮੈਂ ਨਹੀਂ ਮੂੰਹ ਦੇਖਿਆ ਜਾਊਗਾ ਮੇਰੇ ਕੋ ਖੈਰ ਆ ਕਿਹੜਾ ਮੂੰਹ ਦੇਖਣ ਵਾਲੀ ਕਿਹੜੀ ਗੱਲ ਕਰ ਰਹੀ ਹੈਂ ਤੇਰੀ ਗੱਲ ਕਰਨ ਦਾ ਹੈਂ ਤੇਰੀ ਗੱਲ ਕਰਨ ਦਾ ਹੈਂ ਉਹ ਭਾਈ ਉਹ ਯਾਰ ਭਾਈ ਮੇਰੀ ਗੱਲ ਸੁਣੋ ਇੱਕ ਮਿੰਟ ਹਾਂ ਵਾਪੜਾ ਵਾਲੇ ਮੈਂ ਅੱਛਾ ਮੈਂ ਹੁਣ ਆ ਰੀਡਿੰਗ ਕਰਨ ਡਿਆ ਰੀਡਿੰਗ ਤੂੰ ਪਿਛਲੇ ਮਹੀਨੇ ਜਿਹੜੀ ਕਰਕੇ ਗਿਆ ਮੈਂ ਰੀਡਿੰਗ ਕਰਨ ਡਿਆ ਅੱਛਾ ਇਹ ਮੈਂ ਕਰਕੇ ਅੱਗੇ ਦੇ ਦੇਣੀ ਹੈ ਅੱਛਾ ਯਾਰ ਇੱਥੇ ਮੇਰਾ ਕੋਈ ਕਸੂਰ ਤੂੰ ਮੇਰਾ ਭਰਾ ਆਪਣੇ ਭਵਾਂ ਕੋਲ ਰੱਖ ਤੇ ਭਵਾਂ ਅੱਗੇ ਤੇ ਮੇਰਾ ਕਸੂਰ ਹੈ ਮੇਰੀ ਇੱਕ ਮਿੰਟ ਗੱਲ ਸੁਣ ਤੁਸੀਂ ਜੂ ਐਵੇਂ ਹੀ ਹਵਾ ਅਡਾਈ ਆ ਵਾਪਡਾ ਵਾਲੇ ਨਾਲ ਤੁਸੀਂ ਲੜਦੇ ਫਿਰਦੇ ਆ ਆ ਤੇ ਫਿਰ ਉਹਨਾਂ ਨੇ ਸਾਰੇ ਸਿਆਪੇ ਪਾਏ ਆ ਸਾਡੇ ਘਰਾਂ ਚ ਯਾਰ ਉਹਨਾਂ ਨੇ ਵਿਚਾਰਿਆਂ ਨੇ ਹੁਣ ਮੈਂ ਇੱਕ ਤਨਖਾਹਦਾਰ ਬਣਾਂ ਵਿਚਾਰੇ ਨੇ ਅਸੀਂ ਕਿੱਥੋਂ ਦੇਈਏ ਇਹਨੇ ਇਹਨੇ ਬਿੱਲ 27000 ਬਿੱਲ ਦਾ 27000 ਮੇਰੇ ਸਾਡੇ ਘਰ ਨੂੰ ਮੰ ਲੱਗੀਆਂ ਬਿੱਲ ਤਰਨ ਤੋਂ ਪਹਿਲੇ ਨਾ ਤੈਨੂੰ ਅਟੈਕ ਹੋ ਜਾਣਾ ਕੀ ਮਤਲਬ ਤੇਰਾ ਵੀ ਆਰਾਮ ਨਾਲ ਤੂੰ ਗੱਲ ਕਰ ਓਏ ਆਰਾਮ ਨਾਲ ਕਿਹੜੀ ਗੱਲ ਕਰਾਂ ਯਾਰ ਕਮਾਲ ਹੋ ਗਈ ਤੇਰੇ ਵਾਲੀ ਯਾਰ ਤੂੰ ਤਾਂ ਗੱਲ ਪੈਂਡਿਆ ਉਹ ਗੱਲ ਪੈਂਡਿਆ ਕਿੰਨੇ ਦਿਨ ਹੋ ਗਏ ਇਹੀ ਸੋਚਣ ਦੇ ਆ ਵੀ ਅਪੇ ਲਗਾ ਦੇਣਾ ਤਾਂ ਰੀਟਿੰਗ ਉਹ ਕਰਨ ਦੇ ਮੇਰੇ ਕੱਲ ਹੀ ਇੱਥੇ ਪੈਂਨੇ ਆ ਮੈਨੂੰ ਵੀ 37000 ਆਇਆ ਤੈਨੂੰ ਸਹੀ ਹੈਲੋ ਲਓ ਆਪਣੀ ਛੋਟੀ ਜੀ ਥੱਲੇ ਕਰ ਲਾ ਮੈਂ ਤੈਨੂੰ ਕਹਾਂ ਜੇ ਸਾਡਾ ਮੀਟਰ ਮੈਨੂੰ ਫੇਸਬੁੱਕ ਤੇ ਕਿਤੇ YouTube ਤੇ ਨਜ਼ਰ ਆ ਗਿਆ ਤੇ ਤੇਰੀ ਖੈਰ ਨਹੀਂ ਹੈਗੀ ਬਿਲਕੁਲ ਠੀਕ ਆ ਸਮਝ ਲੱਗੀ ਆ ਕਿ ਨਹੀਂ ਇਹ ਤੂੰ ਹੁਣ ਕਿਹੜਾ ਕੰਮ ਕਰਨ ਦੇ ਆ ਤੂੰ ਸਾਨੂੰ ਦੁਨੀਆ ਦੀ ਨਜ਼ਰ ਚ ਲਿਆਉਣ ਦੇ ਆ ਇਹਦੀਆਂ ਸੈਲਫੀਆਂ ਲੈ ਲੈ ਕੇ ਕਿਹਦੀ ਸੈਲਫੀਆਂ ਲੈ ਲੈ ਆ ਮੀਟਰ ਦੀ ਏ ਮੈਂ ਸਰਕਾਰ ਉਹ ਤੁਹਾਡਾ ਖਾਤਾ ਕਾਰਵਾਈ ਲਿਖ ਰਿਹਾ ਇੱਥੇ ਸਮਝ ਉਹ ਤੂੰ ਲਿਖ ਤੂੰ ਇਹਦੀਆਂ ਫੋਟੋਆਂ ਕੱਲੀ ਖਿੱਚਣੀਆਂ ਇਸ਼ਤੇਰੀ ਮੀਟਰ ਹੈ ਇਸ ਮੁਲਕ ਦੇ ਵਿੱਚ ਕੋ ਖਾਤਾ ਹੈ ਸਹੀਂ ਸਾਰਾ ਖੂ ਖਾਤਾ ਵਾ ਮਾੜਾ ਬੰਦਾ ਕਿੱਧਰ ਨੂੰ ਜਾਵੇ ਦੱਸ ਮੈਨੂੰ ਹੈਂ ਦਾ ਤੇ ਲੱਗਦਾ ਦਿਮਾਗ ਹੀ ਖਰਾਬ ਹੈ ਤੇਰਾ ਦਿਮਾਗ ਖਰਾਬ ਤੇਰਾ ਠੀਕ ਆ ਅੰਨਿਆਂ ਨੂੰ ਨਜ਼ਰ ਆਉਣ ਡਿਆ ਵਾ ਮੇਰੇ ਮੈਂ ਠੀਕ ਆ ਚੱਲਣ ਤੇ ਡਿਆ ਵਾ ਬਸ ਇਹ ਮੇਰੇ ਨਾਲ ਤੁਹਾਡੀ ਕਾਹੀ ਬੈਸਾ ਉਹ 24 ਯੂਨਿਟ ਚੱਲੇ ਆ ਤੇ ਤੂੰ ਇੱਥੇ ਲਿਖ ਕੇ ਲੈ ਜਾਣਾ 324 ਹਾਂ ਉਹ ਮੈਂ ਭਾਗ ਤੁਹਾਡੀ ਮੇਰੀ ਕੋਈ ਦੁਸ਼ਮਣੀ ਨਹੀਂ ਓਹ ਦੁਸ਼ਮਣੀ ਐ ਤੁਸੀਂ ਮਾੜਿਆਂ ਦੇ ਬੰਦਿਆਂ ਦੇ ਤੁਹਾਡੀ ਤੁਸੀਂ ਸਿਆਣੇ ਬਿਆਣੇ ਬੰਦੇ ਹੋ ਹੋਰ 2 ਮਹੀਨਿਆਂ ਤੱਕ ਮਰ ਜਾਣਾ ਤੁਸੀਂ ਕੀ ਬਕਵਾਸ ਕਰ ਰਹੇ ਆ ਤੂੰ ਏ ਤੇਰੀ ਟੈਂਟਾਂ ਦੀ ਦੁਕਾਨ ਆ ਵੀ ਤੇਰੇ ਕਿਤੇ ਨਹੀਂ ਜਾਂਦੇ ਤਾਂ ਤੂੰ ਮੇਰੇ ਦਰੀਆਂ ਵਸ਼ਾਉਣੀਆਂ ਓ ਯਾਰ ਬਹੁਤ ਤੂੰ ਗੱਲਾਂ ਕਰਦਾ ਤੂੰ ਅੱਗੇ ਬਿਜਲੀ ਨੇ ਸਤਾਇਆ ਉਤੋਂ ਤੂੰ ਆ ਗਿਆ ਚਾਚਾ ਜੀ ਮੈਂ ਵੈਸੇ ਗੱਲ ਕੀਤੀ ਐ ਵੈਸੇ ਆਕੇ ਤੂੰ ਕਦੋਂ ਮੈਨੂੰ 1000 ਰੁਪਇਆ ਦੇ ਕੇ ਗੱਲ ਕਰਦਾ ਵੈਸੇ ਹੀ ਗੱਲਾਂ ਕਰਦਾ ਤੂੰ ਚਾਚਾ ਜੀ ਮੈਂ ਸਿਰਫ ਇਹ ਗੱਲ ਕਹੀ ਐ ਕਿ ਆ ਇੱਕ ਜਵਾਨ ਆਦਮੀ ਐ ਅੱਛਾ ਤੁਸੀਂ ਕਰੀਬਲ ਮਰਗ ਆਦਮੀ ਹੋ ਨਾ ਕਰੀਬਲ ਮਰਗ ਕਿਉਂਕਿ ਕੋਈ ਨਹੀਂ ਮਰ ਜਾਏਗਾ ਦੋ ਮਹੀਨੇ ਤੱਕ ਲੇਕਿਨ ਬਿੱਲ ਤਾਰ ਕੇ ਤੇ ਨਾ ਗੱਲ ਸੁਣੋ ਦਰਾ ਬਿੱਲ ਬਿੱਲ ਦਿਲ ਕਰੇ ਉਹਨੂੰ ਦੋ ਮਹੀਨੇ ਤੋਂ ਪਹਿਲੇ ਮਾਰ ਦਵੇ ਹਾਂ ਮਾਰਿਆ ਹੀ ਪਿਆਵਾ ਮਹਿੰਗਾ ਹੋਰ ਕੀ ਕੀਤਾ ਯਾਰ ਉਧਰ ਤੈਨੂੰ ਪਤਾ ਵਾ ਬਿਜਲੀ ਦਾ ਸਿਆਖ ਖਪਤੀ ਹੋਇਆ ਕਰ ਬਹਿ ਜਾ ਖਪਤੀ ਨਾ ਹੋਇਆ ਕਰ ਉਤੋਂ ਆ ਪੈਟਰੋਲ ਦਾ ਹਾਲ ਵੇਖ ਲੈ ਕੀ ਹੋਇਆ ਪੈਟਰੋਲ ਦਾ ਹਾਲ ਮੈਂ ਤੈਨੂੰ ਕੀ ਦੱਸਾਂ ਦੱਸੋ ਮੈਂ ਰਾਤੀ ਮੋਟਰਸਾਈਕਲ ਵੇਚ ਦਿੱਤੀ ਐ ਕਿਹੜੀ ਮੋਟਰ ਤੇਰੇ ਕੋਲ ਤੇ ਮੋਟਰਸਾਈਕਲ ਹੈ ਹੀ ਨਹੀਂ ਮੈਂ ਨਾਲ ਦੀ ਇਹ ਦੀ ਵੇਚ ਦਿੱਤੀ ਆ ਓਏ ਆਪਣੀ ਵੇਚੀ ਹੈ ਸੀ ਤੇ ਵੇਚੀ ਹੈ ਤੇਰੇ ਘਰ ਤੇ ਮੈਂ ਕਦੀ ਮੋਟਰਸਾਈਕਲ ਵੇਖੀ ਹੀ ਨਹੀਂ ਮੋਟਰ ਹੀ ਚੱਲਦੀ ਹੁੰਦੀ ਆ ਸਾਈਕਲ ਪਤਾ ਨਹੀਂ ਕਿਹੜਾ ਰੱਖਿਆ ਅੰਨਾ ਵਾ ਤੂੰ ਉਹ ਨਾਲ ਮੈਂ ਲਿਖਿਆ ਨਹੀਂ ਮੋਟਰ ਦੇ ਸਾਈਕਲ ਪੈਂਟਰ ਹੀ ਰੱਖ ਲੈ ਨਾਲ ਹਰ ਚੀਜ਼ ਦੇ ਨਾਲ ਨਾਲ ਲਿਖਾਈ ਜਾ ਤੇ ਮੈਂ ਪੜੀ ਆਵਾ ਮੇਰੀ ਗੱਲ ਸੁਣ ਲੈ ਪਾਸ਼ੀ ਫੇ ਤੂੰ ਸਾਡੇ ਇਲਾਕੇ ਚ ਰਹਿਣਾ ਸੀ ਤੇਰਾ ਤਾਂ ਹਯਾ ਕਰਦੇ ਆ ਆ ਬਸ ਇਹ ਸਮਝ ਲੈ ਤੂੰ ਸੋਟਿਆਂ ਸੋਟਿਆਂ ਤੋਂ ਵੀ ਤਾਂ ਹੀ ਬਚ ਗਿਆ ਆ ਪੂਰੇ ਮਹੱਲੇ ਦੀ ਰੀਟਿੰਗ ਕਰੀ ਮੇਰੇ 2 ਮੀਟਰਾਂ ਦੀ ਤੂੰ ਰੀਡਿੰਗ ਨਹੀਂ ਕਰਨੀ ਚੁੱਪ ਕਰਕੇ ਮੇਰੀ ਗੱਲ ਸੁਣ ਲੈਣੀ ਚੁੱਪ ਕਰਕੇ ਕਿਉਂ ਨਾ ਆਪ ਤਰਾਨਾ ਵਜਣ ਲੱਗਾ ਚੁੱਪ ਕਰਕੇ ਕਾਹ ਦੇ ਲਈ ਬਿਲਕੁਲ ਟਾਈਮ ਘਟਾ ਤੂੰ ਬਹੁਤਿਆ ਗੱਲਾਂ ਨਾ ਕਰ ਚੱਲ ਉਹ ਮੇਰੇ ਕੋ ਕਿਹੜਾ ਟਾਈਮ ਵੀ 6:35 ਤੇ ਸਮਾਂ ਸੱਠਾ ਮੈਂ ਲਗਾਉਣੀ ਆ ਸਮਾਂ ਸੱਠਾ ਤੇ ਤੇਰੀ ਲਾਸ਼ ਜਾਣੀ ਆ ਬਕਵਾਸ ਨਾ ਕਰੋ ਤੈਨੂੰ ਮੈਂ ਦੱਸਦੀ ਗੱਲ ਤਾਂ ਸੁਣ ਲੈ ਪੂਰੀ ਅੱਛਾ ਤੂੰ ਸੋਚੀ ਗੱਲ ਕਿ ਇਹਨੇ ਗੁੱਸੇ 'ਚ ਕਿਉਂ ਆ ਉਹ ਗੁੱਸੇ 'ਚ ਯਾਰ ਬੇਲ ਮੈਂ ਅੱਗੇ ਸੋਚਣ ਡਿਆ ਕਾਹਦੇ ਨਾ ਤਾਰ ਕੇ ਆਵਾਂ ਮੇਰਾ ਤਾਂ ਦਿਲ ਕਰਦਾ ਮਹਿਰ ਚੀਤਾ ਆ ਤੂੰ ਮੇਰੇ ਨਾਲ ਜਾ ਕੇ ਤਾਰ ਆਂ ਭਾਈ ਤੇਰੇ ਨਾਲ ਬਹੁਤ ਕਿਤੇ ਮਰਦਾ ਤੂੰ ਚਾਦਰ ਲੈ ਕੇ ਜਾਣੀ ਆ ਨਾਲ ਬਿੱਲ ਤਾਰਨ ਲੱਗੇ ਆ ਢੋਲ ਧਮਕੇ ਨਾ ਜਾਣਾ ਤੂੰ ਗੱਲਾਂ ਤੂੰ ਬਹੁਤ ਕਰਦਾ ਤੁਸੀਂ ਮੈਨੂੰ ਬਿੱਲ ਮੇਰੇ ਪੀਰਾ ਲੋ ਆਇਆ ਵਾ ਕਿ ਮੈਂ ਤੁਸੀਂ ਹੈਗੇ ਆ ਤੁਸੀਂ ਕੌਣ ਆ ਤੁਸੀਂ ਆਵਾਮ ਆ ਆਵਾਮ ਹੀ ਆ ਹੁਣ ਜਿਹੜਾ ਤੁਸੀਂ ਗੁੱਸਾ ਕਰਨ ੜੇ ਆ ਤੁਹਾਡਾ ਗੁੱਸਾ ਕਿਤੇ ਨਜਾਇਜ਼ ਨਹੀਂ ਨਜਾਇਜ਼ ਜਾਇਜ਼ ਆ ਜਾਇਜ਼ ਆ ਮੈਂ ਵੀ ਕਹਿਣ ਦਿਆ ਜਾਇਜ਼ ਆ ਜੀ ਤੇਰੀ ਖੈਰ ਉਹਦੀ ਵਜ੍ਹਾ ਇਹ ਆ ਕਿ ਇੱਕ ਤੁਹਾਡੀ ਮਿਸਾਲ ਦੇ ਤੌਰ ਤੇ ਹਾਂ ਜੀ ਤਨਖਾਹ ਤੇ ਤੁਹਾਡੀ ਹੋਣੀ ਕੋਈ ਨਹੀਂ ਵਿਹਲੇ ਬੰਦੇ ਆ ਤੁਸੀਂ ਮਿਸਾਲ ਦੇ ਲੈਣੇ ਆ ਅੱਛਾ ਚਲੋ ਜੀ ਤੁਹਾਡੀ ਤਨਖਾਹ ਹੈਗੀ ਆ ਅਸਲਾਂ ਤੋਂ ਤੁਸੀਂ ਵਿਹਲੇ ਆ ਲੇਕਿਨ ਫਿਰ ਵੀ ਮੈਂ ਮਿਸਾਲ ਦੇ ਲੈਣਾ ਇਸ ਗੱਲ ਦੀ ਅੱਛਾ ਜੀ ਜ਼ਿੰਦਗੀ ਚ ਤੁਸੀਂ ਕੰਮ ਤਾਂ ਅਜ ਤੱਕ ਕੀਤਾ ਕੋਈ ਨਹੀਂ ਲੇਕਿਨ ਇਹ ਤੇਰੇ ਰਹਿੰਦੇ ਆ ਜਿਹੜੇ ਮੇਰੇ ਤੋਂ ਕਰਾਉਣੇ ਆ ਤੂੰ ਆ ਮੈਂ ਵਿਹਲਾ ਆ ਮੈਂ ਕੰਮ ਨਹੀਂ ਕਰਦਾ ਮੇਰੀ ਤਨਖਾਹ ਕੋਈ ਨਹੀਂ ਹੋਣੀ ਉਹ ਮੈਂ ਭਾਈ ਆਪਣਾ ਘਰ ਚ ਚਲਾਉਣਾ ਹੀ ਆ ਆਖਰ ਜਿਸ ਤਰ੍ਹਾਂ ਵੀ ਚਲਾਉਣਾ ਤੂੰ ਮੈਨੂੰ ਲੈ ਦੇ ਨਸੀਤਾ ਇਹਨੇ ਘਰ ਨੂੰ ਪਈਏ ਲਾਏ ਆ ਮਿਸਾਲ ਦੇ ਤੌਰ ਤੇ ਚਲੋ ਮਿਸਾਲ ਇੱਕ ਬੰਦਾ ਮਜ਼ਦੂਰ ਆਦਮੀ ਹੈ ਆਹੋ ਉਹਦੀ ਤਨਖਾਹ ਹੈਗੀ 25000 ਰੁਪਇਆ ਹਾਂ ਠੀਕ ਆ ਬਿੱਲ ਆ ਜਵੇ ਉਹਨੂੰ 35000 ਰੁਪਇਆ ਹਾਂ ਉਹਨੇ ਮਰਨਾ ਹੀ ਆ ਨਾ ਮਰਨਾ ਹੀ ਕੀ ਵੀ ਇਹ ਦੱਸੋ ਵੀ ਕਿੱਦਾਂ ਤਾਰੂ ਉਹਨੂੰ ਮਰ ਜਾਣਾ ਚਾਹੀਦਾ ਮਰ ਜਾ ਕਿਹਨੂੰ ਮਰ ਜਾਣਾ ਚਾਹੀਦਾ 35000 ਸ਼ੁਕਰ ਆ ਮੇਰਾ ਤਾਂ 37 ਆ 35 37 ਚ ਫਰਕ ਕਿਹੜਾ ਵਾ ਦੋ ਦਿਨ ਠਹਿਰ ਕੇ ਮਰ ਜਾਏਗਾ ਉਹ ਭਾਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜਾ ਆਵਾਮ ਦਾ ਗੁੱਸਾ ਆ ਉਹ ਹੈਗਾ ਜਾਇਜ਼ ਹਾਂ ਇਹ ਗੱਲ ਤੇ ਤੇਰੀ ਸਹੀ ਹੈ ਤੁਹਾਡਾ 35 ਵਾਲਾ ਦਾ ਵੀ ਜਾਇਜ਼ ਆ 37 ਵਾਲਾ ਦਾ ਵੀ ਜਾਇਜ਼ ਆ ਕਿ ਗਰੀਬ ਆਦਮੀ ਕਿੱਥੋਂ ਇੰਨਾ ਕਰੇ ਓਏ ਇਹੀ ਤਾਂ ਦੁੱਖ ਆ ਯਾਰ ਯਾਰ ਇੱਕ ਮੇਰਾ ਪੱਖਾ ਚੱਲਦਾ ਇੱਕ ਲਾਈਟ ਆ ਹੈ ਹਾਂ ਤੇ ਮੈਨੂੰ 37000 ਰੁਪਏ ਬਿੱਲ ਕਾ ਦਾ ਆ ਗਿਆ ਦੱਸੋ ਕਿੱਥੇ ਮਤਲਬ ਕੁਕੜੀ ਨਾਲੇ ਖੁੰਡੇ ਚ ਰਹਿਣਾ ਤੂੰ ਓਏ ਭਾਈ ਆ ਘਰ ਇੱਕ ਬਲਬ ਤੂੰ ਲਾਇਆ ਓ ਯਾਰ ਕੋ ਬਲਬ ਹੀ ਇੱਕ ਜਣਾ ਮੈਂ ਜਦੋਂ ਤੇ ਬਿੱਲ ਜਿਆਦੇ ਆਉਂਦਾ ਮੈਂ ਕਦੀ ਟੂਟੀ ਖੋਲ ਕੇ ਨਹੀਂ ਨਾਤਾ ਹੁਣ ਹਾਂ ਟੂਟੀ ਬੰਦ ਜੀ ਨਹੀਂ ਜਨਾ ਬਹੁਤ ਅੱਛੇ ਤੇਰੇ ਬੰਦ ਟੂਟੀ ਮਤਲਬ ਕਿ ਉਹ ਥੱਲੇ ਬੈਜੇ ਨਾ ਬਸ ਅੱਗੇ ਬਸ ਇਹੀ ਕਹੀਦਾ ਕਿ ਪਾਣੀ ਆਉਂਦੇ ਆ ਤਸਵਰ ਚ ਖਿਆਲੀ ਨਾ ਆਉਣਾ ਨਾ ਲੈਂਦਾ ਜਿੱਦਾਂ ਲੋਰੀ ਨਹੀਂ ਨਾ ਲਈਦਾ ਹਾਂ ਹਾਂ ਵੀ ਆ ਮੂੰਹਾਂ ਧੋਲਿਆ ਤੇ ਨਾ ਲਿਆ ਬਸ ਇਦਾਂ ਹੀ ਏ ਆ ਵੀ ਖਿਆਲੀ ਨਾ ਲੈਂਦਾ ਬਸ ਹੋਰ ਉੱਤੇ ਬਾਬਾ ਜੀ ਮੇਰੀ ਗੱਲ ਸੁਣੋ ਹਾਂ ਜੀ ਐਨੂੰ ਮੇਰੇ ਲਾਗਿਓ ਪਰੇ ਕਰ ਦੇ ਦੁਆ ਕਰੋ ਖਾਂਦੀ ਇੱਕ ਦੁਆ ਚੰਗੀ ਕਰਾਈ ਹੁਣ ਯਾ ਅੱਲਾ ਯਾ ਅੱਲਾ ਇਸ ਮੁਲਕ ਦੇ ਹੁਕਮਰਾਨਾਂ ਨੂੰ ਥੋੜੀ ਜੀ ਅਕਲ ਦੇ ਤਾਂ ਕਿ ਇਹ ਨਾ ਸਾਡੇ ਗਰੀਬ ਆਵਾਮ ਦਾ ਸੋਚਣ ਆਮੀਨ 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 ਯਾ ਅੱਲਾ ਇੱਥੇ ਕੋਈ ਐਸਾ ਬੰਦਾ ਭੇਜ ਜਿਹੜਾ ਡੈਮ ਡੂਮ ਚੰਗੇ ਬਣਾਵੇ ਜਿਹੜਾ ਬਿਜਲੀ ਚੰਗੀ ਬਣੇ ਤੇ ਸਸਤੀ ਹੋਵੇ ਸਸਤੀ ਆਮੀਨ ਆਮੀਨ ਯਾ ਮੇਰੇ ਮਾਲਕਾ ਆ ਜਿਹੜੇ ਘਰਾਂ ਚ ਬੁੜੀਆਂ ਇਸਤਰੀ ਲਾ ਕੇ ਤਾਂ ਬਾਅਦ ਚ ਡਰਾਮੇ ਦੇਖਣ ਲੱਪੈਂਦੀਆਂ ਤਾਂ ਫਿਰ ਬਿੱਲ ਬਹੁਤੇ ਆਉਂਦੇ ਆ ਇਹਨਾਂ ਨੂੰ ਅਕਲ ਨਹੀਂ ਆਮੀਨ ਯਾ ਅੱਲਾ ਇਹ ਜਿਹੜੇ ਮਾੜੇ ਵਿਚਾਰੇ ਗਰੀਬ ਆਦਮੀ ਨੇ ਹਾਂਜੀ ਇਸ ਟਾਈਮ ਜਿਹੜੇ ਬਿੱਲਾਂ ਤੋਂ ਪਰੇਸ਼ਾਨ ਬੈਠੇ ਆ ਹਾਂਜੀ ਹਾਂਜੀ ਇਹਨਾਂ ਨੂੰ ਇਹਨਾਂ ਦੀ ਤਕਲੀਫ ਚ ਆਸਾਨੀਆਂ ਫਰਮਾ ਆਮੀਨ ਆਮੀਨ ਲਾ ਇਲਾਹ ਇਲਾ ਲਾ ਇਲਾਹ ਦੁਆਵਾਂ ਤੇ ਤੂੰ ਚੰਗੀਆਂ ਮੰਗਾਈਆਂ ਨੇ ਹਾਂਜੀ ਹੁਣ ਕਿਤੇ ਕੋਈ ਰੱਬ ਵੱਲੋਂ ਕੋ ਇਥੇ ਆ ਹੀ ਜਾਵੇ ਕੋਈ ਇਸ ਕੌਮ ਦਾ ਮਸੀਹਾ ਹਾਂਜੀ ਕੋ ਐਸਾ ਬੰਦਾ ਕੋ ਅੱਲਾ ਵੱਲੋਂ ਹੀ ਆਉਣਾ ਵਾ ਲੇਕਿਨ ਕੀ ਇਹ ਆ ਕਿ ਜਿਹੜੇ ਗਰੀਬ ਆਦਮੀ ਵਿਚਾਰੇ ਤਨਖਾਹਦਾਰ ਬੰਦੇ ਆ ਨਾ ਜਿਹੜੇ ਲਾਈਨਮੈਨ ਹੁੰਦੇ ਆ ਵਾਪਡਾ ਵਾਲੇ ਆਉਂਦੇ ਆ ਜਿੱਦਾਂ ਮੈਂ ਰੀਡਰ ਆਇਆ ਇਹਨਾਂ ਨੂੰ ਤੰਗ ਨਾ ਕਰੋ ਦੇਖੋ ਇਹ ਇਹ ਅਕਲ ਵਾਲੀ ਗੱਲ ਆ ਸਾਡਾ ਕਸੂਰ ਹੀ ਕੋਈ ਨਹੀਂ ਯਾਰ ਅਸੀਂ ਦਫ਼ਤਰ ਗਏ ਆ ਅਗਲੇ ਨੇ ਸਾਨੂੰ ਆ ਸਟਿਕ ਫੜਾਈ ਆ ਮੋਬਾਈਲ ਫੜਾਇਆ ਉਹਨੇ ਕਿਹਾ ਜੀ ਤੇਰੀ ਮੇਰੀ ਤਨਖਾਹ ਹੈਗੀ 32000 ਰੁਪਿਆ ਠੀਕ ਆ ਉੱਚ ਮੋਟਰਸਾਈਕਲ ਵੀ ਚਲਾਉਣੀ ਹੈ ਮੈਂ ਚਾਰ ਮੇਰੇ ਨਿਆਣੇ ਨੇ ਤੇਰਾ ਬਿੱਲ ਕਿੰਨਾ ਆਇਆ ਆ 10 10 34000 ਰੁਪਏ ਹੈ 34000 34000 ਕਿਹੜਾ ਬਿੱਲ ਆਇਆ ਤੈਨੂੰ ਗ੍ਰੇਡ 17 ਤੋਂ 22 ਤੱਕ ਤਾਂ ਕਹਿੰਦੇ 2-2000 ਯੂਨਿਟ ਜਿਹੜਾ ਇਹਨਾਂ ਨੂੰ ਫ੍ਰੀ ਆ ਨਹੀਂ ਨਹੀਂ ਮੈਂ ਤਾਂ 6 ਗ੍ਰੇਡ ਦਾ ਆ আচ্ছা ਤੇ 6 ਗ੍ਰੇਡ ਦੇ ਨੂੰ ਤੇ ਗਲੀ ਚ ਵੜਨ ਦੀ ਇਜਾਜ਼ਤ ਨਹੀਂ ਆਇਆ ਤੂੰ ਐਵੇਂ ਇੱਥੇ ਨੱਟਦਾ ਭਾਈ ਦਾ ਫਿਰਦਾ ਤੁਹਾਡੇ ਨਾਲ ਗਰੇਡਾਂ ਨਾ ਵੜਦੇ ਆ ਬੰਦੇ ਹਾਂ ਉਹ ਯਾਰ ਗਰੇਟਾਂ ਨਾਲ ਨਹੀਂ ਹੈਗੀ ਕਹਿਣ ਦਾ ਮਕਸਦ ਇਹ ਹੈਗਾ ਵਾ ਕਿ ਮਾੜੇ ਬੰਦੇ ਨੂੰ ਕੋਈ ਸਹੂਲਤ ਹੋਣੀ ਚਾਹੀਦੀ ਉਹ ਪਾਫੀ ਜੇ ਇਹਨਾਂ ਨੂੰ ਬਿੱਲ ਆਉਂਦੇ ਹੀ ਨਹੀਂਗੇ ਆ ਇਹ ਹੀ ਤਾਂ ਮੈਂ ਕਹਿੰਨਾ ਕਹਿੰਦੇ ਵੀ ਆ ਜਿਹੜੇ واپਡਾ ਦੇ ਮੁਲਾਜ਼ਮ ਇਹਨਾਂ ਨੂੰ ਕਦੋਂ ਬਿੱਲ ਆਉਂਦਾ ਕਿੰਨਾ ਬਿੱਲ ਆ ਗਿਆ ਇਹਨੂੰ 35000 35000 ਰੁਪਇਆ ਇਹ ਪਰਸੋ ਤੋਤਾ ਵੇਚ ਕੇ ਆਇਆ ਹੈ ਤੋਤਾ ਤੋਤਾ ਨੇ ਏਡੀਆਂ ਰੀਜਾਂ ਨਾਲ ਪਾਲਿਆ ਪਾਲਾ ਫੁੱਲਾਂ ਕੱਟਦਾ ਸੀ ਉਹ ਪਾਲਾ ਫੁੱਲਾਂ ਉਹ ਇਹਨਾਂ ਨੂੰ ਗਾਲਾਂ ਕੱਢਦਾ ਸੀ ਤੋਤਾ ਤੋਤਾ ਕਿਦਾਂ ਦੀਆਂ ਉਹ ਇਹ ਤੇ ਸਵੇਰੇ ਸਵੇਰੇ ਜਿੰਝ ਕਰੋ ਇਹਨਾਂ ਨੂੰ ਗਾਲਾਂ ਨਹੀਂ ਸੀ ਕੱਢਦਾ ਇਹਨਾਂ ਦੀ ਅੱਖ ਨਹੀਂ ਸੀ ਖੋਲਦੀ ਓਏ ਆਰਾਮ ਨਾਲ ਉਹ ਗੱਲ ਸੁਣਾ ਕਰ ਦੇਵੇ ਤੋਤਾ ਇਹ ਵੇਚ ਕੇ ਆਇਆ 11000 ਰੁਪਏ ਦਾ ਬਿੱਲ ਦੀ ਖਾਤਰ ਬਿੱਲ ਦੀ ਖਾਤਰ ਵੇਚਿਆ ਮੈਂ ਪਾਲ ਸੁਣ ਦੇ ਨੀ ਦਿਆ ਕਿ ਪਾਸ ਸਵੇਰੇ ਸਵੇਰੇ ਸਾਡੇ ਬੂਹੇ ਤੇ ਆ ਕੇ ਨਾ ਗੰਦੀਆਂ ਗੰਦੀਆਂ ਗਾਲਾਂ ਕੱਢਿਆ ਕਰ ਅਸੀਂ ਫੇਰ ਉੱਟਣਾ ਓ ਮੇਰੀ ਗੱਲ ਸੁਣ ਏ ਹਾਂ ਆਦਤ ਹੋ ਗਈ ਨਾ ਆਦਤ ਹੋ ਗਈ ਆ ਗਾਲਾਂ ਦੀ ਓ ਯਾਰ ਘਰ ਚ ਤੋਤਾ ਰੱਖਿਆ ਸੀ ਆਪਾਂ ਮੈਂ ਵੀ ਸਵੇਰੇ ਇੱਥੋਂ ਹੀ ਲੰਘਣਾ ਹੁੰਦਾ ਹਾਂ ਤੇ ਬਸ ਫੇ ਤੂੰ ਲੰਘਦਾ ਬੂਏ ਅੱਗੇ ਕਹਿ ਜਿਆ ਕਰੀ ਕੰਜਰੋੜ ਜੋ ਹਾਂ ਬਸ ਤੇਰੀ ਮਿਹਰਬਾਨੀ ਓ ਭਾਈ ਕੀ ਹੋਇਆ ਤੈਨੂੰ ਤੋਤਾ ਵੀ ਇਹੀ ਕਹਿੰਦਾ ਸੀ ਤੋਤਾ ਤਾਂ ਸਾਡਾ ਘਰ ਦਾ ਰੱਖਿਆ ਸੀਗਾ ਇਹ ਅਸੀਂ ਘਰ ਰੱਖਿਆ ਇਹ ਵੀ ਤੇ ਆਪਣਾ ਹੀ ਆ ਹਰ ਮਹੀਨੇ ਰੀਡਿੰਗ ਕਰਨ ਇਹੀ ਆਉਂਦਾ ਇਹਨੂੰ ਆਪਣੇ ਤਾਂ ਕੀ ਰੱਖ ਕੀ ਚੱਲ ਭਾਈ ਤੂੰ ਨਾ ਕਹੀਂ ਮੈਂ ਆਪੇ ਕਹਿ ਦਿਆ ਕਰਾਂਗਾ ਕੰਜਰੋੜ ਜੋ ਬਾਲ ਤੂੰ ਓਏ ਮੇਰੀ ਗੱਲ ਸੁਣ ਬਕਵਾਸ ਨਾ ਕਰ ਤੈਨੂੰ ਮੈਂ ਦੱਸ ਦਵਾਂ ਇਸ ਤੋਂ ਇਹ ਨਾ ਹੋਵੇ ਵੀ ਮਦਰ ਤੇਰੀ ਮੇਰੀ ਲੜਾਈ ਇਹਨੇ ਵੀ ਨਹੀਂ ਛਡਾਉਣੀ ਤੇ ਹੋਰ ਵੀ ਕਿਸੇ ਨੇ ਨਹੀਂ ਛਡਾਉਣੀ ਸਮਝ ਆਈ ਕਿ ਨਹੀਂ ਭਾਈ ਜਾਨ ਤੁਸੀਂ ਦੋਨੋਂ ਨਾਲ ਲੜੋ ਤੁਸੀਂ ਨਹੀਂ ਕਹਿਣਾ ਨਾ ਗਵਾਂਡੀਆਂ ਨੇ ਕਹਿਣਾ ਇਹ ਜਿਹੜਾ ਕਹਿਣਾ ਹੈ ਨਾ ਕਿ ਕੰਜਰੋੜ ਜਾਓ ਇਹ ਮੇਰੀ ਡਿਊਟੀ ਤੇਰੀ ਕਾਦੀ ਡਿਊਟੀ ਐ ਹੁਣ ਜਦੋਂ ਬਿੱਲ ਦੀ ਆ ਜੀ ਉਹ ਬੱਸ ਕਰੋ ਮੈਂ ਬਿੱਲ ਭਰਾਲੂਗਾ ਕੋਈ ਨਾ ਕੋਈ ਮੋਬਾਈਲ ਤੇ ਤੁਸੀਂ ਰਹਿਣ ਦਿਓ ਤੁਸੀਂ ਇਹ ਮੈਨੂੰ ਗਾਲਾਂ ਗੂਲਾਂ ਕੱਢਣ ਤੇ ਚੱਕਰ ਚ ਨਾ ਪੋਵੋ ਘਰ ਦੇ ਪਾਲਤੂ ਜਾਨਵਰ ਵੇਚੇ ਹਾਂ ਅਸੀਲ ਕੁੱਕੜ ਦੱਸ ਸੀਲ ਕੁੱਕੜ ਇਹਨਾਂ ਨੇ ਲੜਾਈ ਵਾਲਾ ਰੱਖਿਆ ਓਏ ਮੀਆਂ ਵਾਲੀ ਤੋਂ ਲਿਆਂਦਾ ਸੀ ਮੀਆਂ ਵਾਲੀ ਤੋਂ ਉਹ ਬਹੁਤਾ ਇਹਦੀ ਘਰ ਦੀ ਨਾ ਲੜਦਾ ਸੀ ਉਹ ਐੜੀਆਂ ਐੜੀਆਂ ਤੇ ਖਾਰਾ ਸੀ ਉਹਦੀਆਂ ਓਏ ਹੋਏ ਹੋਏ ਇਹ ਤੂੰ ਆਪਣੀ ਨਾ ਗੁਖਾਰ ਕੱਢ ਉਹ ਅਸਲ ਚ ਭਰਾਈ ਹੈ ਨਾ ਉਹਨੂੰ ਦੇਸੀ ਘਿਓ ਦੀ ਰੋਟੀ ਪਾਉਂਦੀ ਹੁਣ ਡਾਲਟੇ ਦੀ ਵੀ ਨਹੀਂ ਪਾਉਂਦੀ ਓ ਯਾਰ ਮਹਿੰਗਾ ਹੋ ਗਿਆ ਮੀਆਂ ਵੀ ਹੁਣ ਆਪਣੇ ਬੱਚੇ ਪਾਲ ਲੀਏ ਕਿਉਂ ਕੁੱਕੜ ਪਾਲ ਲੀਏ ਹਾਲਾਤ ਇਦਾਂ ਦੇ ਹੋਏ ਪਏ ਆ ਭਾਈ ਬਿੱਲ ਨੇ ਇੰਨਾਂ ਗੁ ਦੁਖੀ ਕੀਤਾ ਵਾ ਮੈਂ ਤੈਨੂੰ ਕੀ ਦੱਸਾਂ ਭਾਈ ਜਾਨ ਗੱਲ ਤੁਹਾਡੀ ਬਿਲਕੁਲ ਜਾਇਜ਼ ਆ ਪਰ ਲੇਕਿਨ ਹਾਂਜੀ ਇੱਕ ਮੁਸੀਬਤ ਆ ਗਈ ਹਾਂਜੀ ਆ ਗਈ ਹਾਂਜੀ ਇਹਦੇ ਵਿੱਚ ਮੁਲਕ ਦਾ ਅਮਨ ਨਾ ਖਰਾਬ ਕਰੋ ਇਹ ਭਾਜੀ ਹਰ ਮਹੀਨੇ ਮੁਸੀਬਤ ਆਉਂਦੀ ਹੈ ਇਹ ਆ ਕਿ ਸੜਕਾਂ ਤੇ ਆ ਕੇ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਕੋਲੋਂ ਕਿਤੇ ਕਾਰ ਵਾਲਾ ਲੰਘਣ ਡਿਆ ਉਹਦਾ ਨੁਕਸਾਨ ਹੋਵੇ ਮੋਟਰਸਾਈਕਲ ਦਾ ਨੁਕਸਾਨ ਹੋਵੇ ਕਿਸੇ ਦੁਕਾਨ ਦਾ ਨੁਕਸਾਨ ਹੋਵੇ ਘਰ ਆਪਣਾ ਮਤਲਬ ਕਿ ਇਹ ਮੁਲਕਾ ਘਰ ਨਹੀਂ ਆਪਣਾ ਆ ਬਿਲਕੁਲ ਸਹੀ ਆ ਗੁੱਸਾ ਹੈ ਉਹ ਗੁੱਸਾ ਗੱਲ ਵੀ ਜਾਇਜ਼ ਆ ਯਾਰ ਤੈਨੂੰ ਜੇ ਇੰਨੀਆਂ ਸਾਰੀਆਂ ਗੱਲਾਂ ਦਾ ਸਾਾਸ ਆ ਤੂੰ ਇਹ ਨਾਲ ਗਰੀ ਛੱਡ ਦੇ ਲੈ ਨੌਕਰੀ ਨਹੀਂ ਨੌਕਰੀ ਛੱਡ ਕੇ ਘਰ ਕਦੇ ਨਾ ਚਲਾਊਗਾ ਮਰ ਕੇ ਅਗਲਾ ਆਪਣਾ ਘਰ ਸਾਈਕਲ ਨਾਲ ਚਲਾ ਲਵੇ ਓਏ ਸਾਰੇ ਚਲਾਉ ਨਹੀਂ ਦੇਈ ਦੁਨੀਆ ਉਹ ਤੇਰਾ ਕੀ ਮਤਲਬ ਆ ਤੂੰ ਕੋ ਯਾਰ ਜਦੋਂ ਇਹਨਾਂ ਨੂੰ ਜੋ ਹਕੂਮਤ ਨੇ ਕਿਹਾ ਵਾ ਕਿ ਤੁਸੀਂ ਰੀਟਿੰਗ ਕਰਨੀ 15 ਤਰੀਕ ਨੂੰ ਇਹ 24 ਨੂੰ ਕਿਉਂ ਕਰਨ ਆਉਂਦੇ ਆ ਤੁਸੀਂ ਆ ਡੇਟ ਅੱਗੇ ਪਿੱਛੇ ਕਿਉਂ ਕਰਦੇ ਆ ਇਹ ਨਹੀਂ ਤੁਹਾਨੂੰ ਕੋਈ ਇਹ ਆ ਕਿ ਮੌਸਮ ਦੇ ਹਿਸਾਬ ਨਾਲ ਨਾ ਜੀ ਮੌਸਮ ਦੇ ਹਿਸਾਬ ਨਾਲ ਪਿਛਲੇ ਕੀ ਗੱਲ ਆ ਅਗਬਰ ਸੰਢਈ ਸੀ ਆ ਪਿਛਲੇ ਦਿਨਾਂ 15 ਤਰੀਕ ਨੂੰ ਬੜੀ ਗਰਮੀ ਸੀ ਹੈ ਆ ਹੁਣ ਪਿਛਲੇ ਮਹੀਨੇ ਮੈਂ ਇਥੋਂ ਲੰਘਿਆ ਆਹੋ ਨਾਲ ਦੇ ਪਲਾਟ 'ਚ ਤੁਸੀਂ ਲਾਇਆ ਤੰਬੂ ਮੁੰਡੇ ਦਾ ਵਿਆਹ ਸੀ ਨਾ ਤੇਰੇ ਮੁੰਡੇ ਦੀ ਸ਼ਾਦੀ ਕੀਤੀ ਤਿੰਨ ਦਿਨ ਉਹ ਤੁਸੀਂ ਇੱਥੇ ਕੰਜਰਖਾਨਾ ਪਾਇਆ ਪੂਰਾ ਮਹੱਲਾ ਤੁਸੀਂ ਸੌਣ ਨਹੀਂ ਦਿੱਤਾ 500 ਬਲਬ ਤੁਸੀਂ ਲਾਇਆ ਸੀਗਾ ਹਾਂ ਤੇ ਫੇ ਮੁੰਡੇ ਦਾ ਵਿਆਹ ਕਰਨਾ ਵਾ ਲਾਈਟਿੰਗ ਕੀਤੀ ਸੀ ਲਾਈਟਿੰਗ ਕੀਤੀ ਸੀ ਤੇ ਬੁੱਢੀਆਂ ਮਗਾ ਮਗਾ ਨਚਾਉਣ ਦੇ ਸੀ ਤੁਸੀਂ ਉਹ ਬਾਸੋ ਭਾਈ ਉਹ ਨੱਚਣ ਵਾਲੀਆਂ ਨਹੀਂ ਸੀ ਹਾਂ ਉਹ ਮੁੰਡੇ ਦੀਆਂ ਫੁੱਫੀਆਂ ਸੀ ਉਹ ਗਾਣਾ ਉਹ ਲੱਗਾ ਸੀ ਨਾ ਉਹ ਪੱਤਲੋ ਪਟਾਕੇ ਵਰਗੀ ਹਾਂ ਹਾਂ ਲੈ ਵੇਖ ਲੈ ਤੇ ਕਿਹੜੇ ਕਿਹੜੇ ਉਹਨਾਂ ਦੇ ਕੋੜੇ ਖਾਨ ਵਾਲੇ ਪਿੰਡੇ ਆ ਉਹ ਮੈਂ ਗਾਣਾ ਲਾਇਆ ਉਹ ਬਕਵਾਸ ਨਹੀਂ ਕਰ ਸਮਝ ਆਇਆ ਕਿ ਨਹੀਂ ਦੇਖੋ ਇਹ ਘਰ ਮਤਲਬ ਅਗਰ ਕੋਈ ਸ਼ਾਦੀ ਵਿਆਹ ਕੋ ਏਦਾ ਖੁਸ਼ ਮਤਲਬ ਖੁਸ਼ੀ ਦਾ ਮੌਕਾ ਹੋਵੇ ਤੇ ਭਤੀਜੇ ਦੇ ਵਿਆਹ ਦੇ ਕੀ ਫੁੱਫੀਆਂ ਨੱਚ ਨਹੀਂ ਸਕਦੀਆਂ ਲੇਕਿਨ ਘਰੇਲੂ ਔਰਤਾਂ ਮੈਂ 2 ਮਿੰਟ ਖੜਾ ਹੋਇਆ ਕੀ ਮਤਲਬ ਘਰੇਲੂ ਔਰਤਾਂ ਇਸ ਤਰ੍ਹਾਂ ਨੱਚਦੀਆਂ ਨਹੀਂ ਇਸ ਕਿਸਮ ਦਾ ਉਹ ਗੱਲ ਉਹ ਬੱਸ ਓਏ ਗੱਲਬਾਤਾਂ ਦੀ ਕਰਦੇ ਆ ਕਰਦੇ ਆ ਕਿਧਰ ਨੂੰ ਲਈ ਜਾਂਦੇ ਆ ਤੂੰ ਇਹ ਘਰੋ ਘਰੀ ਇਹੀ ਕੋਸ਼ੀ ਆਉਣ ਡਿਆ ਵਾ ਤੂੰ ਐਵੇਂ ਹੀ ਸਰਦੇ ਤੇ ਨਾ ਗੱਲਾਂ ਕਰ ਬਹੁਤੀਆਂ ਸਮਝ ਆਈ ਕਿ ਨਹੀਂ ਨਾ ਕਿਹੜਾ ਸੀਗਾ ਭਾਜੀ ਪੁੱਤ ਲੋ ਪਟਾਕੇ ਵਾ ਉਹ ਬੱਸ ਓਏ ਪਟਾਕੇ ਜਿੱਦਾਂ ਤੁਸੀਂ ਪਹਿਲੇ ਕਿਹਾ ਉੱਪਰ ਤਲਪਟਾਕੇ ਵਰਗੀ ਕੰਨਾਂ ਦੇ ਖੜਾਕੇ ਕੱਢਦੀ। ਓ ਮੇਰੀ ਗੱਲ ਸੁਣੋ ਇੱਕ ਮਿੰਟ। ਗੱਲ ਤੇ ਬਾਪ ਦਰਦੀ ਹੋਣ ਈ ਹੈ। ਤੁਸੀਂ ਐਵੇਂ ਵਿਆਹ ਦੀਆਂ ਵਿੱਚ ਗੱਲਾਂ ਪਾਈ ਦੇ। ਓਥੇ ਜਿਹੜਾ ਇਹਨਾਂ ਨੁਕਸਾਨ ਹੋਇਆ ਤੇ ਤੇਰੇ ਮੈਂ ਇੱਕ ਬਲਬ ਤੋਂ ਰੋਣਦੇ ਆ ਤੂੰ ਓਥੇ 500 ਬਲਬ ਲਾ ਕੇ। ਓ ਯਾਰ ਮੁੰਡੇ ਦਾ ਵਿਆਹ ਰੋਜ਼ ਰੋਜ਼ ਕਰਨਾ ਵਾ ਤੇ ਫੁੱਫੀਆਂ ਨੂੰ ਬਿੱਲ ਵੀ ਰੋਜ਼ ਰੋਜ਼ ਆਉਣੇ ਆ ਕਿਤੇ ਬਿੱਲ ਤੇ ਹਰ ਮਹੀਨੇ ਆਉਂਦਾ। ਹਰ ਮਹੀਨੇ ਆਉਂਦਾ। ਹਰ ਮਹੀਨੇ ਨਹੀਂ ਆਉਣਾ। ਹਰ ਮਹੀਨੇ ਬੱਤੀ ਨਹੀਂ ਬਾਲਦੇ ਤੁਸੀਂ। ਬੱਤੀ ਬਾਲਦੇ ਆ। ਓ ਯਾਰ ਜਿੰਨੇ ਕ ਬਾਲਦੇ ਬਿੱਲ ਉਹਨਾਂ ਕਾਣਾ ਚਾਹੀਦਾ। ਬਿੱਲ ਉਹਨਾਂ ਕ ਪਰੇਸ਼ਾਨ ਆਉਣ ਸੋਚਣ ਡਿਆ ਸੀਗਾ ਵੀ ਐਲ ਸੀ ਡੀ ਲਵਾ ਕਿਸ਼ਤਾਂ ਤੇ ਹਾਂ ਤੇ ਉਹਨੂੰ ਨਗਦਾਂ ਚ ਵੇਚ ਕੇ ਤੇ ਬਿੱਲ ਤਾਰਾਂ ਵਾ 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 ਇਹ ਕਿਸੇ ਨੂੰ ਸਮਝਾਈਓ ਨਾ ਘਰਦਿਆਂ ਨੂੰ ਕੀ ਮਤਲਬ ਕਿ ਆਪ ਡਰਾਮਾ ਡਰਾਮਿਆਂ ਦੇ ਅੱਗੇ ਬੈਠੀਆਂ ਜਸੂਸੀ ਸਿੱਖ ਰਹੀਆਂ ਹੁੰਦੀਆਂ ਕਿ ਸੱਸ ਨਾਲ ਕਿੱਦਾਂ ਲੜਨਾ ਤੇ ਨੰਦਾ ਨਾਲ ਕਿੱਦਾਂ ਲੜਨਾ ਤੇ ਉਧਰੋਂ ਪੰਪ ਚੱਲਣ ਡਿਆ ਹੁੰਦਾ ਗਲੀ ਸਾਰੀ ਭਰੀ ਹੁੰਦੀ ਤੁਹਾਡੀ ਟੈਂਕੀ ਦਾ ਪਾਣੀ ਚੱਲ ਚੱਲ ਕੇ ਉਹ ਸਾਡੀ ਕਿੱਥੇ ਯਾਰ ਜਲ ਚਲਦੀ ਹੈ ਟੈਂਕੀ ਇੱਥੇ ਐਵੇਂ ਅਮੀਰਾਂ ਨੂੰ ਤੁਸੀਂ ਸਮਝਾਉਂਦੇ ਨਹੀਂ ਹੈਗੇ ਕਿ ਵੀ ਜਰਾ ਕਿਰਸ ਨਭਾੜ ਲੋ ਤੇ ਪਤਾ ਤਾਂ ਤੁਹਾਨੂੰ ਲੱਗਦਾ ਬਾਅਦ ਚ ਉਹ ਭਾਈ ਇਹ ਬਿੱਲ ਜਿਹੜਾ ਵਾ ਇਹ ਤਾਰਨਾ ਹੀ ਪੈਣਾ ਵਾ ਹੁਣ ਮੈਨੂੰ ਇਹ ਦੱਸ ਵੀ ਬਿੱਲ ਤਾਰਨ ਵਾਸਤੇ ਫਿਰ ਮੈਂ ਕੀ ਕਰਾਂ ਕਰਨਾ ਕੀ ਹੈ احتیاط ਕਰੋ ਕੋਈ ਕਿਰਸ ਕਰੋ ਥੋੜਾ ਜਿਹਾ ਸਰਫਾ ਕਰੋ ਆ ਜਿਹੜੀਆਂ ਐਲ ਸੀ ਡੀ ਤੇ ਸਾਰਾ ਦਿਨ 24 ਘੰਟੇ ਐਲ ਸੀ ਡੀ ਚੱਲਦੀ ਆ ਆਹੋ ਪੰਦੇ ਉਹਨੂੰ ਬਹੁਤ ਅੱਛੇ ਯਾਨੀ ਕਰਦੀਆਂ ਚੀਜ਼ਾਂ ਪੰਦਈਏ ਐਲ ਸੀ ਡੀ ਪੰਦੋਵੇ ਹਾਂ ਬਿੱਲ ਦੀ ਵਜ੍ਹਾ ਤੋਂ ਹਾਂ ਹਾਂ ਤੇ ਰਾਤੀ ਆਪ ਕਿਓ ਸਟੂਡੀਓ ਵਾਸਤੇ ਮੌਸਮ ਨੂੰ ਗਿਆ 76 ਇੰਚ ਦੀ ਲੈ ਕੇ ਆ ਉਹ ਪਾਣੀ ਤੇ ਚਲਣੀ ਹੈ ਉਹ ਦੱਸ ਹੈ ਟੈਕੂ ਐਸਾ ਟੀਕਾ ਨਜਾਦ ਕਰ ਦਿੱਤਾ ਉਹਨਾਂ ਨੇ ਕਿ ਲਾ ਦਿਓ 3 ਘੰਟੇ ਚਲਦੀ ਰਹੂਗੀ ਹਾਂ ਬਸ ਲੋਕਾਂ ਨੂੰ ਨਸੀਤਾਂ ਤੇ ਆ ਜਿਹੜਾ ਨਾ ਇਹ ਜਗ੍ਹਾ ਜਗ੍ਹਾ ਬੈ ਕੇ ਇੱਕ ਦੂਏ ਨੂੰ ਇਹਨਾਂ ਇੱਕ ਗੱਲ ਮੰਨ ਜੂ ਲਈ ਹਾਂ ਕਿ ਭਈ ਗਲਤੀ ਆ ਮਾੜੇ ਬੰਦੇ ਨੂੰ ਨਹੀਂ ਆਉਣਾ ਚਾਹੀਦਾ ਇੰਨਾ ਬਿੱਲ ਗਰੀਬ ਆਦਮੀ ਦੇ ਰੋਟੀ ਨਹੀਂ ਪੂਰੀ ਹੋਣ ਢਈ ਸੱਚੀ ਗੱਲ ਠੀਕ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਕ ਮੁਸੀਬਤ ਪੈ ਗਈ ਹੈ ਤੇ ਅਸੀਂ ਆਪਣੇ ਮੁਲਕ ਨੂੰ ਨੁਕਸਾਨ ਪਹਚਾਈਏ ਗੱਲ ਭਾਈ ਤੇਰੀ ਠੀਕ ਆ ਅਸੀਂ ਅੱਲਾ ਦੀ ਰਹਿਮਤ ਨਾਲ ਅਸੀਂ ਇਸ ਪਾਕਿਸਤਾਨ ਦੇ ਰਹਿਸ਼ੀਆਂ ਇਸ ਗੱਲ ਦਾ ਸਾਨੂੰ ਵੀ ਪਤਾ ਕਿ ਦੰਗਾ ਪਸਾਦ ਨਹੀਂ ਹੋਣਾ ਚਾਹੀਦਾ ਆ ਜਿਹੜੀ ਸਾਡੀ ਆਵਾਮ ਕਰਦੀ ਹੈ ਇਹ ਵੀ ਮਾੜਾ ਕੰਮ ਕਰਦੀ ਹੈ ਅੱਲਾ ਕੇ ਕੁਝ ਗਲਤ ਹਰਕਤ ਕਰਦੀ ਆ ਬੰਦੇ ਗਲਤ ਹੋਰ ਹੁੰਦੇ ਨੇ ਵਿੱਚ ਵੜ ਕੇ ਗਲਤ ਉਹ ਕਰ ਜਾਂਦੇ ਨੇ ਤੇ ਮਾੜੇ ਦੀ ਤੇ ਰੜੀ ਨਿਕਲ ਜਾਂਦੀ ਹੈ ਕੋਈ ਤਰੀਕਾ ਹੀ ਨਹੀਂ ਹੈਗਾ ਕਿ ਇਧਰੋਂ ਐਵੇਂ ਜੱਥਾ ਉੱਠਿਆ ਉਹਨੇ ਫਲਾਨੀ ਸ਼ਹਿਰ ਸਾੜਤੀ ਫਲਾਨੀ ਸ਼ਹਿਰ ਨੂੰ ਨੁਕਸਾਨ ਪਹੁੰਚਾਉਂਦਾ ਇਹ ਕਿਹੜਾ ਤਰੀਕਾ ਹੈ ਇਹ ਪਾਗਲ ਲੋਗ ਆ ਇਹ ਜਹਾਲਤ ਵਾਲੇ ਲੋਗ ਆ ਹਾਂ ਪਰ ਹਕੂਮਤ ਨੂੰ ਵੀ ਚਾਹੀਦਾ ਬਿਲਕੁਲ ਚਾਹੀਦਾ ਹਾਂ ਅਸੀਂ ਅਸੀਂ ਆਵਾਮ ਅਸੀਂ ਨਾਲੇ ਵੋਟ ਦੇ ਦਿੰਨੇ ਆ ਓਏ ਆਹੋ ਯਾਰ ਵੋਟ ਜਿੰਨਾ ਨੂੰ ਦਿੰਨੇ ਆ ਇਹ ਜਲਸੇ ਜਲੂਸ ਆ ਕੇ ਬੂਹੇ ਅੱਗੇ ਕਰਦੇ ਆ ਜਦੋਂ ਜਿੱਤ ਜਾਂਦੇ ਆ ਇਹ ਪੰਜ ਸਾਲ ਲੱਭਦੇ ਨਹੀਂ ਪਤਾ ਨਹੀਂ ਕਦ ਨਹੀਂ ਦੇਖੀਦੀ ਇਹਨਾਂ ਦੀ ਕਬਰ ਖੋਦ ਕੇ ਉੱਚ ਪੰਜ ਸਾਲ ਦੀ ਤਬਸਿਆ ਸ਼ੁਰੂ ਕਰ ਦਿੰਦੇ ਨਹੀਂ ਐ ਤੇ ਐ ਤੇ ਜਿਹੜੀ ਆਵਾਮ ਆ ਤੁਸੀਂ ਆਵਾਮ ਆ ਮੈਂ ਵੀ ਆਵਾਮੀય ਤਕਲੀਫ ਤੇ ਹੈ ਉਹ ਆਮਰੀ ਤੋਂ ਸਰਕਾਰ ਬਣੀ ਹੈ ਨਹੀਂ ਸਮਝ ਲੱਗੀ ਆ ਕਿ ਨਹੀਂ 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 ਮੈਂ ਸਰਕਾਰ ਨਹੀਂ ਗਿਆ ਯਾਰ ਉਹ ਗੱਲ ਇਹ ਅਸਲ ਚ ਇਹ ਹੈਗੀ ਆ ਵੀ ਝੂਠੇ ਵਾਦੇ ਕਰ ਜਾਂਦੇ ਆ ਹਾਂ ਅਸੀਂ ਆ ਕਰਾਂਗੇ ਆ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਆ ਤੁਸੀਂ ਹੁਣ ਵੇਖੋ ਵੀ ਆ ਬਿੱਲ ਹੁਣ ਇੰਨੇ ਨੇ ਜਿਹੜੇ ਆ ਰਹੇ ਆ ਇਹ ਗੱਲ ਤੇਰੀ ਸਹੀ ਆ ਵੀ ਆ ਜਿਹੜੀ ਹੜਤਾਲ ਕਰਦੇ ਆ ਤੋੜਪੰਨ ਕਰਦੇ ਆ ਕੋ ਐਵੇਂ ਹੀ ਮਤਲਬ ਫਜ਼ੂਲ ਜਲੂਸ ਜਲਾਸ ਕੱਢਦੇ ਆ ਟਾਇਰ ਜਲਾਉਂਦੇ ਆ ਇਹ ਤੇ ਮਤਲਬ ਕਹਿ ਲੋ ਵੀ ਡਸਟ ਪੋਲੂਸ਼ਨ ਹੈ ਤੇ ਆਪਣੇ ਮੁਲਕ ਦਾ ਆਪ ਹੀ ਨੁਕਸਾਨ ਆ ਇਹ ਗੱਲ ਆ ਅੱਲਾਹ ਪਾਗਲ ਤੁਹਾਨੂੰ ਹੁਣ ਮੇਰੇ ਵਕਤ ਤੁਹਾਡੇ ਕੋ ਘਾਟਾ ਲੇਕਿਨ ਇਹ ਆ ਕਿ ਗੱਲ ਤੁਹਾਡੇ ਕੋ ਠੀਕ ਆ ਕੀ ਮਤਲਬ ਵਕਤ ਮੇਰੇ ਕੋ ਕਾਦਾ ਘਾਟਾ ਸਾਰੀ ਜ਼ਿੰਦਗੀ ਬੇ ਮੈਂ ਜੀਤ ਮਤਲਬ ਘੰਟਾ ਘਰ ਚ ਵੱਟਾ ਮਾਰ ਕੇ ਆਇਆ ਮੇਰੇ ਕੋ ਵਕਤ ਕਾਦਾ ਘਾਟਾ ਉਹ ਜ਼ਿੰਦਗੀ ਮੌਤ ਰੱਬ ਦੇ ਹੱਥ ਚ ਆ। ਬੇਸ਼ੱਕ ਸਹੀ ਗੱਲ। ਉਹਨੂੰ ਰੱਬ ਹੀ ਉਹਦੇ ਦਿਲ ਚ ਪਾਉਣ ਡਿਆ ਕਿ ਤੇਰੇ ਕੋਲ 2 ਮਹੀਨੇ ਆ। ਕੀ ਮਤਲਬ? ਇਹ ਕੋਈ ਉਧਰੋਂ ਸੁਨੇਹਾ ਲੈ ਕੇ ਆਇਆ? ਨਹੀਂ ਨਹੀਂ। ਵਾਹ ਜਿਹੜਾ 15 ਤਰੀਕ ਦੀ ਰੀਡਿੰਗ 24 ਨੂੰ ਕਰ ਸਕਦਾ। ਆਹ। ਉਹ ਤੇਰੇ ਦੋ ਘਟਾ ਕੇ ਅੱਲਾਹਗੇ ਦੁਆ ਵੀ ਕਰ ਸਕਦਾ ਕਿ ਛੇਤੀ ਲੈ ਜਾਓ। ਉਹ ਚਲੋ ਯਾਰ ਇਹ ਤਾਂ ਬਾਤ ਅਲੱਗ ਹੈਗੀ ਲੇਕਿਨ ਕਹਿਣ ਦਾ ਮਤਲਬ। ਬਰਹਾ-ਸੋਹਣੇ ਗੱਲ ਪਤਾ ਕੀ ਆ? ਅੱਜ ਤੋਂ ਬਾਅਦ ਤੂੰ ਸਾਡੀ ਗਲੀ ਚ ਨਹੀਂ ਆਉਣਾ। ਕਿੰਨੇ? ਰੀਡਿੰਗ ਕਰਨ। ਪਤ ਤੂੰ ਨਾ ਤਬਾਦਲਾ ਕਿਤੇ ਹੋਰ ਕਰਵਾ ਲਾ। ਐਵੇਂ ਕਿਤੇ ਡੰਗ ਛੋਟਾ ਚੱਲ ਗਿਆ ਤੇ ਐਵੇਂ ਤੇਰਾ ਕਿਤੇ ਨੁਕਸਾਨ ਹੋਏਗਾ ਤੂੰ ਗਲੀ 'ਚ ਨਹੀਂ ਆਉਣਾ ਚਲੋ ਇਸ ਤਰ੍ਹਾਂ ਕਰਦੇ ਆ ਮੈਂ ਤੁਹਾਡੇ ਮਕਾਨਾਂ ਦੇ ਰੇਟ ਲਵਾਂ ਤੁਸੀਂ ਮਕਾਨ ਹੀ ਵੇਚ ਕੇ ਇੱਥੋਂ ਨਿਕਲ ਜਾਓ ਅਸੀਂ ਨਿਕਲ ਜੀਏ ਹੂੰ ਬਾਹ ਜੀ ਇੱਥੇ ਮਕਾਨ ਵੇਖ ਕਿੱਦਾਂ ਨਾਲ ਕੋਸ਼ਾ ਕਰ ਕਰਕੇ ਬਣਾਏ ਆ ਸਿਰ ਤੇ ਤਗਾਰੀਆਂ ਸਿੱਡ ਸਿੱਡ ਕੇ ਪਰਤੇ ਇੱਕ ਦਿਨ ਚ ਬਣ ਗਏ ਇਹ ਸੀਗੇ ਮਜ਼ਦੂਰਾਂ ਨੂੰ ਦੇਣ ਦੇ ਪੈਸੇ ਨਹੀਂ ਸੀਗੇ ਜਿਹੜੇ ਸਿਰ ਤੇ ਆਪ ਓਏ ਆਹੋ ਤੇ ਮਜ਼ਦੂਰ ਬੰਦੇ ਸੀਗੇ ਅਸੀਂ ਸ਼ਾਮ ਨੂੰ ਆ ਕੇ ਮਤਲਬ ਟਰਾਲੀ ਮਿੱਟੀ ਦੀ ਸਟਾ ਕੇ ਆਪ ਵਿੜਾ ਉੱਚਾ ਕੀਤਾ ਜਾਂ ਅੱਲਾਹ ਤੇਰੀ ਖੈਰ ਕਰੇ ਕੋਈ ਐਸ ਵੀ ਨਹੀਂ ਤੈਨੂੰ ਤਨਖਾਹ ਮਿਲ ਗਈ ਹੈ ਕਿ ਮਿਲਣੀ ਹੈ ਮਿਲਣੀ ਆਲੇ ਮਿਲਣੀ ਆ ਉਹ ਜਦੋਂ ਮਿਲੇ ਤੇ ਆ ਕੋਈ 100 ਰੁਪਏ ਲਾ ਕੇ ਤੇ ਸ਼ੀਸ਼ੇ ਵੀ ਬੋਲਾ ਹਾਂ ਇਹ ਬਹੁਤ ਦੂਰ ਤੱਕ ਵੇਖਦਾ ਤੂੰ ਐਡਾ ਦੂਰ ਨਹੀਂ ਚੱਲ ਹੁਣ ਉੱਠ ਕੇ ਨਿਕਲੇ ਸਭ ਚੱਲ ਜਾ ਮੇਰਾ ਭਰਾ ਕੀ ਪਕਾਇਆ ਕੋਈ ਅੱਜ ਹਾਂ ਸਵਾ ਪਕਾਈ ਹੈ ਸਵਾ ਹਾਂ ਆਲੂ ਸਵਾ ਕੇ ਕੱਲੀ ਹੈ ਲੈ ਤੋੜ ਕੇ ਸਾਨੂੰ ਟੇਸਟ ਦੱਸ ਪੋਟਾਟੋ ਸਵਾ ਪਕਾਈਏ ਨੇ ਪੋਟਾਟੋ ਸਵਾ ਆਹ ਵੇ ਗਰੀਬ ਹਾਂ ਐ ਪਰਸੋਂ ਤੋਰੀਆਂ ਲੈ ਕੇ ਆਇਆ ਹਾਂ ਕਿੰਨੀ ਮਗਹਾਈ ਆ ਹਾਂ ਇਹ ਹੁਣ ਤੋਰੀਆਂ ਵਾਸਤੇ ਲੂਣ ਮਿਰਚ ਮਸਾਲਾ ਤੇ ਘਿਓ ਨਹੀਂ ਸੀ ਆ ਪੂਰੇ ਟੱਬਰ ਨੇ ਤੋਰੀਆਂ ਚੂਪੀਆਂ ਨੇ ਉਹ ਚੂਪੀਆਂ ਖੜੋ ਜਾ ਓਏ ਉਹ ਜਿਹੜੀ ਲੰਮੀ ਲੰਮੀ ਤੋਰੀ ਹੁੰਦੀਆਂ ਅਨ ਚੂਪ ਲਈਆਂ ਤੋਰੀਆਂ ਕਈਆਂ ਤੋਰੀਆਂ ਨਹੀਂ ਪਕਾਉਣ ਜੋਗਾ ਘਿਓ ਸੀ ਫਿਰ ਇਹਦੇ ਨਾਲ ਤੋਰੀਆਂ ਅੱਛੀਆਂ ਸੀ ਵੈਸੇ ਚੂਪੀਆਂ ਅੱਛੀਆਂ ਹੀ ਸੀਗੀਆਂ ਕਈਆ ਤੋਰੀਆਂ ਠੰਡੀਆਂ ਹੁੰਦੀਆਂ ਚੰਗੀਆਂ ਹੁੰਦੀਆਂ ਉਹ ਉਹ ਹੁਣ ਇਹ ਕਹਿੰਦਾ ਘਰਦਿਆਂ ਨੂੰ ਕਹਿੰਦਾ ਇਹ ਹੀ ਹੁਣ ਮਹੀਨਾ ਪਕਾਓ ਲੇਕਿਨ ਜਿਲੇ ਟਾਈਮ ਪੂਰਾ ਹੋ ਜੂਵੇ ਨਾ ਉਦੋਂ ਤੋਰੀਆਂ ਹਿੰਗ ਹਰੀੜਾ ਕੁਛ ਨਹੀਂ ਕਰਦੀਆਂ ਹੁੰਦੀਆਂ ਕੀ ਤੂੰ ਕਹਿਣਾ ਕੀ ਚਾਹੁੰਦਾ ਤੇਰਾ ਮਤਲਬ ਕੀ ਆ ਓਏ ਤੂੰ ਮਿੰਟ ਬਾਅਦ ਲਈ ਮੇਰੇ ਕੋਲ ਟਾਈਮ ਥੋੜਾ ਵਾ ਕੀ ਆ ਮਤਲਬ ਉਹਦੇ ਨਾਂ ਤੁਹਾਡਾ ਨਾਂ ਆ ਨਾ ਲਾਲ ਟੈਨ ਤੁਹਾਡਾ ਨਾਮ ਆ ਲਾਲ ਟੈਨ ਮਤਲਬ ਠੀਕ ਆ ਵੀ ਲਾਲ ਮੇਰੀ ਮਾਂ ਨੇ ਮੇਰਾ ਨਾਂ ਰੱਖਿਆ ਲਾਲ ਹਾਂ ਤੇ ਮੈਂ ਟੈਨ ਜਮਾਤਾ ਪਾਸ ਆ ਲਾਲ ਟੈਨ ਮੈਨੂੰ ਕਹਿੰਦੇ ਨੇ ਪੂਰੀ ਗਲੀ ਦੇ ਵਿੱਚ ਉਹ ਯਾਰ ਚਲੋ ਤੁਸੀਂ ਵੀ ਭਾਜੀ ਛੱਡੋ ਤੁਸੀਂ ਅੱਜ ਤੋਂ ਬਾਅਦ ਗਲੀ ਚ ਨਹੀਂ ਆਉਣਾ ਗਲੀ ਤੁਹਾਡੀ ਕਿਤੇ ਗੱਲ ਕਈ ਪੂਰੀ ਨਾ ਹੋ ਜਾਵੇ ਅੱਲਾ ਵੱਲੋਂ ਕਫਨ ਚ ਤੇ ਅੱਗੇ ਫਿਰਨ ਦੇ ਆ ਓਏ ਆਰਾਮ ਨਾਲ ਰਿਆ ਕਰ ਓਏ ਉਹ ਮੱਖੀ ਇਨਸਾਨ ਬਣ ਸਮਝ ਆਈ ਕਿ ਨਹੀਂ ਐਮੀ ਕੋ ਲੜਾਈ ਜਾਂਦੀ ਹੈ ਲੜਾਈ ਹੈ ਦੁਬਾਰਾ ਘਟਿਆ ਬਹਰਾਲ ਮੇਰੀ ਗੱਲ ਸੁਣੋ ਕੀ ਤੇਰੀ ਗੱਲ ਸੁਣੀ ਅੱਲਾ ਪਾਕ ਪੂਰੇ ਪਾਕਿਸਤਾਨ ਤੇ ਰਹਿਮਤ ਕਰੇ ਅਮਨ ਸ਼ਾਹ ਕਹਿ ਦਿਓ ਆਮੀਨ 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 ਅੱਲਾ ਪਾਕ ਕੋਈ ਐਸਾ ਨਿਜ਼ਾਮ ਕਰੇ ਕਿ ਮਾੜੇ ਬੰਦੇ ਵਿਚਾਰੇ ਗਰੀਬ ਆਦਮੀ ਮਜ਼ਦੂਰ ਬੰਦੇ ਆ ਸਹੀ ਗੱਲ ਉਹ ਨਹੀਂ ਇੰਨਾ ਬਿੱਲ ਦੇ ਸਕਦੇ ਨਹੀਂ ਦੇ ਸਕਦੇ ਗੱਲ ਇਹ ਸੱਚੀ ਗੱਲ ਹੈ ਅੱਲਾ ਪਾਕ ਪਾਕਿਸਤਾਨ ਤੇ ਆਪਣੀ ਰਹਿਮਤ ਕਰੇ ਤੇ ਇਹ ਜਿਹੜੇ ਰੀਟਿੰਗਾਂ ਕਰਦੇ ਨੇ ਇੰਜ ਫੜ ਕੇ ਅੱਲਾ ਇਹਨਾਂ ਦੀ ਸੋਟੀ ਨੂੰ ਉਹ ਨਾ ਕਿਤੇ ਕਰੰਟਾ ਜੇ ਇੰਜ ਕਿਤੇ ਹਿਲ-ਦੇਲ-ਦੇਲ-ਦੇਲ ਬੈਕ ਹੋ ਜਾਏ ਕੱਲ ਨਿਕਲ ਜਾ ਹੁਣ ਫਿਰ ਫਿਰ ਤੁਹਾਨੂੰ ਅਗਰ ਨਾ ਬਿੱਲ ਫਿਰ ਅਗਲੇ ਮਹੀਨੇ 2 ਮਹੀਨੇ ਦਾ ਆ ਜਾਏਗਾ ਤੇ ਕੋਈ ਨਹੀਂ ਹਾਂਜੀ ਇਹਨਾਂ ਦੀ ਤੇ ਲਾਸ਼ ਹੋਵੇ ਫਿਰ ਕੋਈ 1 ਮਹੀਨੇ ਦਾ ਤਾਰਿਆ ਨਹੀਂ ਜਾਣਦੇ ਆ ਮੈਂ ਤਾਰਨਾ ਹੀ ਨਹੀਂ ਮੈਂ ਬਦਮਾਸ਼ੀ ਐ ਇਸ ਵਾਰੀ ਕਰਨੀ ਐ ਬਦਮਾਸ਼ੀ ਹਾਂ ਬਿੱਲ ਨਹੀਂ ਤਾਰਨਾ ਕੋਈ ਮਸਲਾ ਨਹੀਂ ਹਾਂ ਕੋਈ ਐਸਾ ਮਸਲਾ ਨਹੀਂ ਉਧਰ ਅਗਲੇ ਆ ਰਹੇ ਆ ਕੀ ਸੋਟੀ ਏ ਡੜੀ ਵੱਡੀ ਐ ਇੰਜ ਕੜੱਚ ਪੈਣੀ ਆ ਤੇ ਜਿਹੜੇ ਇੰਜ ਕਰਨਾ ਨਾ ਮੈਂ ਕਿਹੜਾ ਬਾਹਰ ਫਿਰਦਾ ਹੋਣਾ ਜਿਹੜੇ ਉਹਨਾਂ ਨੇ ਇੰਜ ਕਰਨੀ ਇਹ ਅੰਦਰੋਂ ਹੀ ਬਾਹਰ ਨਹੀਂ ਆਉਣਾ ਉਹ ਚਾਲ ਯਾਰ ਜਿਹੜਾ ਕੁੱਤੇ ਰੋੜੇ ਇਕੱਠੇ ਕੀਤੇ ਜਿਹੜਾ ਆਏਗਾ ਵੱਟੇ ਪੈਣਗੇ ਹਾਂ ਅਸੀਂ ਪਾਗਲਾ ਸੀ ਬਾਹਰ ਨਿਕਲੀਏ ਨੀ ਬੰਨ ਆ ਕੇ ਅਸੀਂ ਕੋਈ ਚੂੜੀਆਂ ਨਹੀਂ ਪਾਈਆਂ ਜਿਹੜਾ ਕੋ ਆਏਗਾ ਅਸੀਂ ਉਹਦੇ ਨਾਲ ਵੀ ਨਹੀਂ ਮਿਲਣਾ ਕਿੰਨਾ ਕੁ ਲਾ ਲੈਣਾ ਤੇਰੇ ਕੋ ਤਾਂ ਇੰਨਾ ਟਾਈਮ ਹੀ ਕਿੰਨਾ ਕਿ ਇਹਨੂੰ ਤੂੰ ਕਹਿਣ ਲਿਆ ਨਾ ਤੇਰੇ ਕੋ 2 ਮਹੀਨੇ ਹਾਂ ਦੀ ਕਿਹੜੀ ਗੱਲ ਹੈ 2 ਮਹੀਨੇ ਦੇ ਕੋ ਮੈਂ ਇਹਨੂੰ ਹੀ ਮਰਵਾ ਕੇ ਉਲਟਾ ਕੇਸ ਕਰ ਦੇਣਾ ਹਕੂਮਤ ਤੇ ਬਹੁਤ ਅੱਛੇ ਤੇਰੇ ਬਈ